गोभी के मिलाई है भाई 40 रुपए किलो जी। तहसदारी विभाग च इंस्पैक्टर लगे हुए हैं, 5 मिनटा कि तेरी रेहड़ी मूती मार के कमेटी के ट्रक से चाड़ दूँ। 40 रुपये किलो, 20 के हिसाब से 2 किलो तोल दे जी। हेलो सर, मोबाइल का एक नवा प्लान आया, सुनना चाहोगे? दिहाड़ी जी भी फोन करके अपने पुठे सीधे प्लान जे दसते रहने हो, बिल थोड़े प्यो ने देना, हाई कोर्ट च वकील लग्या होया, जे दोबारा फोन करके मैनू डिस्टर्ब किया ना, मेंटल हरासमेंट दे केस थोड़ी कंपनी बंद करा दूं। वेली रंद पराउणे जोगी, तू भी देखदा हो, चाहे मैं इंस्पैक्टर लग्या होवां चाहे वकील लग्या होवां, तू तनखा देनी है। मैं बंदा कबंदा देख के पोस्ट बदल लैना हुन्ना, इसे पास 2 किलो आलू भी तोल दे जी। ओ बापू, इस उम्र घरे नहीं बैठा जाता, हुण एक्सीडेंट तो बाद भी तो घरे बैठेगा ही। पुत मैं बहदा बहदा भी तेरे अर्गे कईयां नूं नाल लैके बह जांदा हुन्ना, तुसीं मैनूं फिर अजे चंगी तरह जानदे ही नहीं। ओए असीं तां सोचा सी करंट मुक गया होणा, बाबा तां बड़ा ही तत्ता है। पुत करंट तां मेरे चन्ना के फूक मार के तेरे अर्गे दी भुरजी बना दूं। साला किल के भी एडी क आवाज़ फड़म उत्तरे जम्मण दे, साला बोल लैस जा बाबा दसदा। अच्छा निक्के वीर, ਅੱਖਾਂ ਤੇਰੀਆਂ ਪਹਿਲੋਂ ਸੁੱਜੀਆਂ, ਸਾਡੇ ਐਕਸੀਡੈਂਟ 'ਚ ਨਾ ਪਾ ਦਈ। ਮੈਂ ਆਲੂ ਮਾਰ ਕੇ ਸੜ ਦਾ ਸਿਰ ਪਾੜ ਦੂੰ। ਉਹ ਸ਼ੁਕਰਗਾਰ ਅਸੀਂ ਦਾਰੂ ਲੈਣ ਚੱਲੇ ਆ, ਜੇ ਕਿਤੇ ਸਾਡਾ ਪੈਕ ਪੈਕ ਲੱਗਾ ਹੁੰਦਾ ਨਾ, ਤੂੰ ਬਾਬਾ ਹੋਨੂੰ ਕਿਤੇ PGI ਬੈੱਡ ਨੂੰ ਲੱਗਾ ਹੋਣਾ ਸੀ। ਫਿਲਹਾਲ ਤਾਂ ਮੈਂ ਥਾਣਾ ਸਦਰ 'ਚ SHO ਲੱਗਿਆ ਹੋਇਆ, ਬੰਦੇ ਦੇ ਪੁੱਤ ਬਣ ਕੇ ਮੇਰੇ ਆਲੂ ਇਕੱਠੇ ਕਰਕੇ ਲਿਫਾਫੇ 'ਚ ਪਾ ਦਿਓ, ਨਹੀਂ ਹੋਰ 5 ਮਿੰਟਾਂ ਨੂੰ ਤੁਸੀਂ ਤਿੰਨੇ ਪਟੇ ਵਾਲੀ ਮਸ਼ੀਨ ਥੱਲੇ ਹੋਵੋਗੇ। ਓਏ ਅਸੀਂ ਕਦੇ ਬੋਤਲ ਪੀ ਕੇ ਪਟਵਾਰੀ ਨਹੀਂ ਟੱਪੇ, ਉਹ ਤੂੰ ਸੋਫੀ ਹੋ SHO ਲੱਗ ਗਿਆ। ਚੱਲ ਫਟਾਫਟ ਕਰ ਆਲੂ ਗੋਭੀ ਜੇ ਇਕੱਠੇ ਕਰ, ਚੱਲ ਬਣਾ ਜਾ ਕੇ ਘਰੇ, ਵੱਡਾ ਆਇਆ SHO ਦਾ। SHO ਦਾ ਕਿਲੇ 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 ਚਿਚੂ ਚਿਚੂ ਚਿਚੂ, ਹੁਣ ਕੀ ਹੋ ਗਿਆ? ਤੁਹਾਡੀ ਨੂਰਾਨੀ ਨੇ ਮੂੰਹ ਕਾਲਾ ਕਰ ਲਿੱਤਾ, ਆਪਣੇ ਕਿਰਾਏਦਾਰ ਨਾਲ ਜੱਫੀਆਂ ਪਾ ਰਹੀ ਹੈ। ਤੂੰ ਸਾਲਿਆ ਕਦੇ ਕੋਈ ਚੱਜ ਦੀ ਖਬਰ ਨਾ ਲੈ ਕੇ, ਮੈਂ ਆਪਣੀ ਅੱਖਾਂ ਨਾਲ ਦੇਖਿਆ, ਇਦਾਂ ਇਦਾਂ ਕਰ ਰਹੇ ਸੀ ਦੋਨੋਂ ਜਣੇ। ਪਰੇ ਮਰ, ਜੇ ਤੇਰੀ ਗੱਲ ਦੇ ਵਿੱਚ ਭੋਰਾ ਵੀ ਦਮ ਹੋਇਆ ਨਾ, ਅੱਜ ਮੈਂ ਸਾਲੇ ਦੋਹਾਂ ਨੂੰ ਵੜ ਦੂੰ। ਗੋਲਡੀ ਗੋਲਡੀ ਨੂੰ ਕੀ ਕਹਿ ਰਹੇ ਹੋ? ਉਹਨੇ ਤਾਂ ਆਪ ਆਪਣੀ ਅੱਖਾਂ ਨਾਲ ਦੇਖਿਆ, ਉਹਦੇ ਵੱਲ ਲੋਕ ਕੀ ਬਕਵਾਸ ਕਰ ਰਹੇ ਹੋ? ਇਹ ਕਹਿੰਦਾ ਦਿਓਰ ਵਰਜਾਈ ਜੰਨਕ ਦਾ ਚੱਲਦਾ ਹੈ। ਵੇਖ ਲੈ ਪਾਰਵਤੀ ਕੋ ਚੀਚੂ, ਉੱਪਰ ਦਿੱਤੀ ਨੂੰ ਛੱਡੋ, ਨੀਚੇ ਜੋ ਦੇਵਰ دیਵਾਨਾ ਹੋਇਆ ਫਿਰਦਾ ਉਹਨੂੰ ਰੋਕੋ। ਉਹਨੂੰ ਮੈਂ ਸਵਾਰ ਰੋਕਾਂ ਜਦੋਂ ਮੇਰੇ ਮੁੰਡੇ ਨੇ ਉਹਨਾਂ ਨੂੰ ਹਰੀ ਝੰਡੀ ਦੇ ਦਿੱਤੀ। ਪਰ ਹੁਣ ਐਡਵੋਕੇਟ ਲੋ ਤੁਹਾਨੂੰ ਐਕਸਪ੍ਰੈਸ ਬਣ ਕੇ ਦਿਖਾਉ, ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀ ਕੇ ਦਿਖਾਉ, ਹੁਣ ਤੱਕ ਜੋ ਜੋ ਨਹੀਂ ਵੀ ਸੀ ਕੀਤਾ ਉਹ ਵੀ ਕਰਕੇ ਦਿਖਾਉ। ਚਿੱਚੂ, ਜੇ ਤੁਸੀਂ ਦੋਨੋਂ ਨਹੀਂ ਪਕੜ ਗਏ ਤਾਂ ਸਮਝਾਉ ਕੌਣ ਵੇ। ਸਤਿ ਸ਼੍ਰੀ ਅਕਾਲ ਜੀ। ਆਓ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਣੀ ਦੇ ਡੈਡੀ ਆ ਗਏ। ਵੇ ਨਿੰਮੇ, ਬੌਟੀ ਨੂੰ ਲੈ ਕੇ ਬਾਹਰ ਆ ਪੁੱਤ, ਕੁੜਮ ਸਾਹਿਬ ਆਏ ਨੇ। ਭੈਣੇ, ਬੱਕਰੀਆਂ ਵੀਂਗਣਾ ਗਿਣ ਨੂੰ ਰੱਖੀਆਂ। ਓਏ ਕੁੜਮਾ ਆ, ਦੁੱਧ ਸ਼ੁੱਧ ਤੱਤਾ ਕਰੋ। ਅੱਜ ਕੱਲ ਬੱਕਰੀਆਂ ਕੌਣ ਰੱਖਦਾ ਹੈ? ਓਹ ਬਸ ਬਸ, ਜਿਉਂਦਾ ਰਹਿ ਪੁੱਤ, ਜਿਉਂਦੀ ਰਹਤੀ ਹੈ, ਜਿਉਂਦੀ ਰਹਿ। ਕੀ ਗਲਤੀ ਹੈ? ਪਿਓ ਦੇ ਅੱਗੇ ਵੀ ਘੁੰਡ ਕੱਢਿਆ ਹੋਇਆ ਤੂੰ। ਓ ਡੈਡੀ ਜੀ, ਸਾਡੇ ਘਰੇ ਨੂੰਹਾਂ ਧੀਆਂ ਵੱਡਿਆਂ ਦੇ ਅੱਗੇ ਘੁੰਡ 'ਚ ਹੀ ਰਹਿੰਦੀਆਂ ਨੇ। ਪਰ ਮੈਂ ਤਾਂ ਪਿਓ ਹਾਂ ਇਹਦਾ। ਹਾਂ ਤੇ ਪਿਓ ਕਿਹੜਾ ਨਿੱਕੇ ਜੀ ਹੋ, ਅੱਖ ਨਾਲ ਵੱਡੇ ਹੋ, ਕਚੇ ਵੀ ਗਲੀ 'ਚ ਗੰਢੀਰਾ ਭਜਾਈ ਫਿਰਦੇ ਹੋ। ਮਜ਼ਾਕ ਕਰ ਰਿਹਾ ਸੀ ਧੀਏ, ਇਹੋ ਜਿਹੇ ਹੱਸਣ ਖੇਡਣ ਵਾਲੇ ਪਰਿਵਾਰ 'ਚ ਜੀ ਤਾਂ ਲੱਗ ਗਿਆ ਹੁਣ ਤੇਰਾ। ਇਹ ਭੁੱਲਦੀ ਕਿਉਂ ਨਹੀਂ? ਕਿਤੇ ਪਹਿਲੀ ਰਾਤ ਹੀ ਨਾ ਪਤੰਦਰਾਂ ਨੇ ਕੁੱਟ ਸੁੱਟੀ ਹੋਵੇ ਮੇਰੀ ਧੀ। ਭੈਣੇ ਤੂੰ ਦੋ ਤੱਤਾ ਕਰਕੇ ਲਿਆ। ਤੱਤਾ ਕਰਨ ਨੂੰ ਤਾਂ ਮੈਂ ਕਰ ਲਵਾਂ ਵੀਰੇ, ਪਰ ਸਿਆਣੇ ਕਹਿੰਦੇ ਨੇ ਧੀਆਂ ਦੇ ਘਰ ਦਾ ਤੇ ਲੋਕੀ ਪਾਣੀ ਤੱਕ ਨਹੀਂ ਪੀਂਦੇ। ਸਹੀ ਕਿਹਾ ਭੈਣ ਜੀ ਤੁਸੀਂ। ਓਹ ਧੀ ਦੇ ਘਰ ਪਿਓ ਜਿੰਨਾ ਵੀ ਨੀਵਾਂ ਹੋ ਸਕੇ ਉਨਾ ਚੰਗਾ। ਇਹ ਸਤਨਾਮ ਸਿੰਘ ਜੀ, ਕੁੜੀ ਵਾਲੇ ਇੰਨਾ ਵੀ ਨਹੀਂ ਲਿਫਤੇ ਹੁੰਦੇ ਜਿੰਨਾ ਤੁਸੀਂ ਲਿਫ ਗਏ ਹੋ। ਬਰਾੜ ਸਾਹਿਬ, ਮੈਂ ਸੋਚਦਾ ਸੀਗਾ ਮੈਂ ਹੁਣ ਆਇਆ ਤਾਂ ਹੋਇਆ, ਜੇ ਇਜਾਜ਼ਤ ਹੋਵੇ ਤੁਹਾਡੀ ਤੇ ਮਾਣੀ ਨੂੰ ਮੈਂ ਆਪਣੇ ਨਾਲ ਲੈ ਜਾਂਦਾ। ਇੱਕ ਤਾਂ ਦਿਨ 'ਚ ਅਸੀਂ ਫੇਰਾ ਪਵਾਉਣ ਤਾਂ ਜਾਣਾ ਹੀ ਸੀ, ਤੁਸੀਂ ਮਾਣੀ ਨੂੰ ਅੱਜ ਆਪਣੇ ਨਾਲ ਲੈ ਜਾਓ, ਕੱਲ ਨੂੰ ਨਿੰਮਾ ਜਾ ਕੇ ਲੈ ਆਊਗਾ। ਉਹ ਬਾਪੂ ਜੀ, ਮੈਂ ਕੱਲ ਆਪ ਹੀ ਲੈ ਜੂੰਗਾ ਮਾਣੀ ਨੂੰ। ਉਹ ਕਿਤੇ ਭੱਜ ਚੱਲੀ ਆ, ਇਹਨੇ ਮੁੜ ਕੇ ਇੱਥੇ ਹੀ ਆਉਣਾ। ਜਾਂ ਧੀਏ ਅੰਦਰੋਂ 2 ਕੱਪੜੇ ਚੱਕ ਲਿਆ, ਮਿਲਿਆ ਜਾ ਕੇ ਮਾਂ ਨੂੰ। ਰਹਿਣ ਦੇ ਧੀਏ, ਕੱਪੜੇ ਕੁਪੜੇ ਬਥੇਰੇ ਪਏ ਆ ਘਰੇ। ਕੀ ਗੱਲ ਹੈ, ਜੇ ਤੱਕ ਪੁਰਾਣੇ ਕੱਪੜੇ ਦੇ ਕੇ ਭਾਂਡੇ ਲਏ ਨਹੀਂ? ਇਹ ਤੁਹਾਡੇ ਹੀ ਰਿਵਾਜ ਹੋਣਾ ਹੈ। ਅੱਛਾ, ਤੁਹਾਡੇ ਫਿਰ ਭਾਂਡੇ ਦੇ ਕੇ ਕੱਪੜੇ ਲੈਂਦੇ ਹੋਣੇ ਆ? ਇਹ ਮਜ਼ਾਕ ਕੀਤਾ ਸੀ? ਨਹੀਂ, ਦਿਲੋਂ ਕਹਿ ਰਿਹਾ ਸੀ। ਚੱਲ ਧੀਏ, ਬੈਠ ਸਕੂਟਰੀ ਤੇ ਆ ਜਾ। ਤੇਰੀ ਮਾਂ ਨੇ ਸਪੈਸ਼ਲੀ ਚਿੱਟੇ ਰਸਗੁੱਲੇ ਨਾ ਵਿਆਹ ਮਿਠਾਈ 'ਚ ਬਚਾ ਕੇ ਰੱਖੇ ਆ ਤੇਰੇ ਲਈ। ਤੈਨੂੰ ਬਹੁਤ ਚੰਗੇ ਲੱਗਦੇ ਆ ਨਾ, ਹੁਣ ਰੱਜ ਕੇ ਖਾਈ ਅੱਜ। ਆ ਜਾ ਚੱਲੀਏ। ਚੰਗਾ ਧੀ, ਆਪਣਾ ਖਿਆਲ ਰੱਖੀ ਪੁੱਤ।
ਲੈ ਜਾ ਆਰਾਮ ਨਾਲ। ਚਲੀਏ ਧੀਏ। ਛੱਡੋ ਅੰਕਲ ਜੀ, ਆਪਾਂ ਲੜਨਾ ਥੋੜੀ ਹੈ ਜੀ। ਨਾ ਨਾ, ਲੜ ਕੌਣ ਰਿਹਾ? ਫਿਰ ਵੀ ਇਹ ਮੇਰਾ ਹੋਣ ਵਾਲਾ ਕੁੜਮ ਹੈ। ਓਏ ਸੋ ਕਾਲਡ ਕੁੜਮਾ, ਅਸਲ ਗੱਲ ਤਾਂ ਇਹ ਹੈ, ਜਿੱਦਣ ਦਾ ਤੂੰ ਜੇਲ੍ਹ ਚੋਂ ਮੁੜਿਆ ਤੇਰੀ ਕੁੜੀ ਦਾ ਵਿਆਹ ਨਹੀਂ ਹੋ ਰਿਹਾ, ਇਸ ਕਰਕੇ ਤੂੰ ਹਿੱਲਿਆ ਹੋਇਆ ਆਪਣਾ ਲਾਜ ਕਰਾ ਬੰਸਲਾ। ਕੀ ਪੌਂਕਿਆ ਤੂੰ? ਦੱਸਾਂ ਅੰਕਲ, ਪੱਥਰ ਅੱਜ ਫੜ ਤੇ ਲਿਆ, ਮਾਰਨਾ ਨਹੀਂ ਹੈਗਾ। ਮੈਂ ਕਿਹਾ ਯਾਰ ਮਾਰਨਾ ਨਹੀਂ ਹੈਗਾ। ਮੈਂ ਸਮਝ ਗਿਆ ਸੀ। ਡੈਡੀ ਮਾਹੌਲ ਵਿਗੜ ਗਿਆ, ਭੱਜ ਲੋ। ਯਾਰ ਭੱਜਣ ਵਾਲੀ ਕੀ ਗੱਲ ਆ, ਅਸੀਂ ਮਰ ਗਏ ਆ। ਅੰਕਲ ਤੁਹਾਨੂੰ ਕਿਹਾ ਸੀ ਪੱਥਰ ਨਹੀਂ ਮਾਰਨਾ, ਹੁਣ ਕਿਤੇ ਆ ਸਾਡੇ ਪਿੱਛੇ ਪਿਆ ਗਮਲਾ ਨਾ ਚੱਕ ਕੇ ਮਾਰਿਓ। ਹਾਂਜੀ ਹਾਂਜੀ ਅੰਕਲ, ਆ ਗਮਲਾ ਨਹੀਂ ਨਹੀਂ ਤੇ ਪਤਾ ਉਦੋਂ ਚਲ ਗਿਆ ਜਦੋਂ ਤੁਪਕਾ ਤੁਪਕਾ ਖੂਨ ਦਾ ਪਏਗਾ। ਹੁਣ ਮੋਢੇ ਤੇ ਨਾ ਮਾਰੋ। ਹੈਲੋ ਪਲੀਜ਼ ਯਾਰ, ਮੇਰੇ ਚੀਜ਼ ਨੂੰ ਬੰਦੇ ਕੁੱਟਣ ਵਾਲੇ ਯਾਰ। ਸਾਲੇ ਇੰਸਟਰਕਸ਼ਨ ਦੇ ਦੇ, ਤੁਸੀਂ ਮੇਰਾ ਪਿਓ ਮਰਵਾਉਣਾ। ਡੈਡੀ ਚੱਬੀ ਬੱਕੀ ਕੰਮ ਨਿਬੇੜੋ। ਬਿੱਲੂ ਜੀ ਮੈਨੂੰ ਸਮਝ ਆ ਗਈ, ਤੁਸੀਂ ਸਹੀ ਹੋ, ਤੁਸੀਂ ਸਹੀ ਹੋ। ਲੋ ਹੁਣ ਬਣ ਗਏ ਮੁੰਡੇ, ਤੁਹਾਡਾ ਇਲਾਜ ਬਿਲਕੁਲ ਸਹੀ ਹੈ। ਢਿੱਲੋਂ ਸਾਹਿਬ ਹੁਣ ਕਦੋਂ ਆਵਾਂ? ਬਸ ਪਹਿਲੀਆਂ ਸੱਟਾਂ ਠੀਕ ਹੋ ਲੈਣ ਦਿਓ, ਫਿਰ ਆ ਜਾਇਓ। ਢਿੱਲੋਂ ਸਾਹਿਬ, ਇਸ ਇਲਾਜ ਲਈ ਮੈਂ ਸੌਰੀ ਮੰਗਦਾ, ਪਰ ਕਰੀਏ ਕੀ, ਡਾਕਟਰਾਂ ਨੇ ਇਹੀ ਇਲਾਜ ਦੱਸਿਆ ਹੈ। ਹੁਣ ਅੱਗੇ ਨਾਲੋਂ ਤਾਂ ਫਰਕ ਹੈ ਨਾ? ਹੈ, ਲੱਗ ਤਾਂ ਰਿਹਾ ਹੈ। ਠੀਕ ਹੈ, ਚੰਗਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਇਆ ਜੀ, ਹਾਂ, ਠੰਡੇ ਹੋਰ ਨਾ ਮੰਗਾ ਲਈਏ, ਕਿਤੇ ਘੱਟ ਨਾ ਜਾਣ। ਜੇ ਆਪ ਨਾ ਪੀਓ ਫਿਰ ਨਹੀਂ ਘੱਟਦੇ। ਜਣੇਤ ਨੇ ਹਜੇ ਮੂੰਹ ਨਹੀਂ ਸੁੱਚਾ ਕੀਤਾ, ਆਹ ਪਹਿਲਾਂ ਚੌਧਰੀ ਬਣੇ ਫਿਰਦੇ ਹੋ। ਠੰਡੇ ਹੋਰ ਮੰਗਾ ਲਈਏ। ਕੀ ਹੋਇਆ? ਬੇਇੱਜ਼ਤੀ ਹੋਈ ਹੈ, ਪਤਾ ਨਹੀਂ ਲੱਗਿਆ। ਅੰਟ ਜੀ, ਕਿਵੇਂ ਲੱਗੇ ਸਾਰੇ ਅਰੇਂਜਮੈਂਟਸ? ਅਰੇਂਜਮੈਂਟ ਤਾਂ ਬਹੁਤ ਸੋਹਣੀ ਹੈ ਬੁੱਧ। ਪਰ ਉਹ ਗੱਲ ਨਹੀਂ ਬਣੀ ਜਿਹੜੀ ਸਾਡੇ ਪਿੰਡ ਦੇ ਸਰਪੰਚ ਦੇ ਬਾਪੂ ਦੇ ਭੋਗ ਤੇ ਬਣੀ ਸੀ। ਨਹੀਂ, ਉੱਥੇ ਤਾਂ ਖੜੇ ਖੜੇ ਖਾਣ ਨੂੰ ਮਿਲ ਜਾਂਦਾ ਸੀ, ਇੱਥੇ ਕੋਈ ਪੁੱਛਦਾ ਵੀ ਨਹੀਂ। ਜੇ ਨਾ ਹੁੰਦਾ ਦੁਬਾਰਾ ਹੋ ਜਾਣੀ ਸੀ। ਬਈ ਆਈਟਮਾਂ ਸਾਰੀਆਂ ਸਵਾਦ ਬਣੀਆਂ ਨੇ। ਓ ਯਾਰ, ਚਟਨੀ ਪਾਇਓ ਤੁਹਾਡੇ 'ਚ ਕੋਈ? ਓਏ ਆ ਪਈਆ ਚਟਨੀ। ਬਸ 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 ਵਾਧੂ ਆ। ਵੀਰ ਜੀ, ਮੈਂ ਹੁਣੇ ਆਈ। ਕੀ ਗੱਲ ਕਾਕਾ, ਸੁੱਕੀ ਪਲੇਟ ਨਾਲ ਹੀ ਲਾਲਾ ਪਕੌੜੇ ਖਾਈ ਜਾਂਦਾ? ਓ ਕਿਉਂ ਬੇਇੱਜ਼ਤੀ ਕਰਾਉਣਾ ਵੇ? ਜਾਂ ਚਟਨੀ ਸੁਣ, ਜਾਂ ਸਮਣ ਚਟਨੀ ਪਈ ਹੋਦ ਕਿਉਂ ਨਹੀਂ? ਓ ਚਟਨੀ ਉਹ ਦਰਅਸਲ ਇੰਨਾ ਨਾ ਜੀ, ਬਸ ਇਸ ਕਰਕੇ ਭੁਲੇਖੇ ਦੇ ਨਾਲ ਪਕੌੜੇ ਪਲੇਟ ਨਾਲ ਕਸਾ ਕਸਾ ਕੇ ਖਾ ਰਿਹਾ ਜੀ। ਕਾਕਾ ਜੀ, ਇੰਨੇ ਤਾਂ ਮੈਨੂੰ ਤੁਸੀਂ ਲੱਗਦੇ ਹੋ। ਡੈਡੀ, ਉਹ ਡਾਕਟਰ ਸਾਹਿਬ ਨੇ ਸੁੱਕਾ ਪਕੌੜਾ ਕਸਾ ਕਸਾ ਕੇ ਖਾਣ ਵਾਲੀ ਗੱਲ ਤੁਹਾਨੂੰ ਆਕੀ ਆ? ਡੈਡੀ, ਮੈਂ ਤਾਂ ਖਾਣਾ ਹੀ ਸੁੱਕੇ ਹਾਂ, ਇਸ ਕਰਕੇ ਪਕੌੜੇ ਪਲੇਟ ਨਾਲ ਕਸਾ ਕਸਾ ਕੇ ਖਾ ਰਿਹਾ, ਤਾਂ ਕਿ ਚਟਨੀ ਦੀ ਫੀਲਿੰਗ ਆ ਜੇ। ਲਓ ਤੁਸੀਂ ਵੀ ਲਓ।